ਅਕਾਲੀ ਦਲ ਦੀ ਹਾਲਤ ਅੱਜ ਕਿਸੇ ਤੋਂ ਵੀ ਨਹੀਂ ਲੁਕੀ ਹੋਈ। ਇਸ ਪਾਰਟੀ ਨੂੰ ਖੜ੍ਹੇ ਕਰਨ ਵਾਲੇ ਹੀ ਆਗੂ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਪਾਰਟੀ ਤੋਂ ਅਸਤੀਫਾ ਦੇ ਰਹੇ ਨੇ ਅਤੇ ਹੁਣ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਧਮਾਕਾ ਕੀਤਾ ਹੈ। 60 ਸਾਲਾਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਰਣਜੀਤ ਸਿੰਘ ਬ੍ਰਹਮਪੁਰਾ ਨੇ। ਸੁਖਦੇਵ ਸਿੰਘ ਢੀਂਡਸਾ ਦਾ ਪਾਰਟੀ ਅਹੁਦਿਆਂ ਤੋਂ ਅਸਤੀਫਾ ਅਕਾਲੀ ਦਲ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਸੀ, ਪਰ ਹੁਣ ਪਾਰਟੀ ਦਾ ਥੰਮ ਮੰਨੇ ਜਾਂਦੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਆਪਣਾ ਅਸਤੀਫਾ ਦੇ ਕੇ ਸੁਖਬੀਰ ਬਾਦਲ ਲਈ ਇੱਕ ਨਵੀਂ ਮੁਸੀਬਤ ਛੇੜ ਦਿੱਤੀ ਹੈ। ਪਰ ਫਿਲਹਾਲ ਬ੍ਰਹਮਪੁਰਾ ਇਸ ਅਸਤੀਫੇ ਦਾ ਕਾਰਨ ਵੀ ਸਿਹਤ ਖਰਾਬ ਹੋਣਾ ਦੱਸ ਰਹੇ ਨੇ। ਪਾਰਟੀ ਦੇ ਹਰ ਸਮੇਂ ਤੇ ਕਿੱਡਾ ਵੀ ਕੋਈ ਔਖਾ ਕੰਮ ਹੋਇਆ, ਕੋਈ ਪ੍ਰੋਬਲਮ ਆਈ, ਦੁੱਖ ਸੁੱਖ ਦੇ ਵਿੱਚ ਆਹੀ ਹੁੰਦਾ ਰਿਹਾ, ਕਿਉਂਕਿ ਹੁਣ ਉਮਰ ਵੱਡੀ ਹੋ ਗਈ ਆ, 81 ਸਾਲ ਦੀ ਮੇਰੀ ਉਮਰ ਹੋ ਗਈ ਅਤੇ ਅੱਜ ਤੁਹਾਨੂੰ ਇਸ ਕਰਕੇ ਤਕਲੀਫ ਦਿੱਤੀ ਹੈ ਕਿ ਮੈਂ ਪਾਰਟੀ ਦੇ ਵਿੱਚ ਅੱਗੇ ਅੱਗੋਂ ਕੰਮ ਨਹੀਂ ਜ਼ਿੰਮੇਵਾਰੀ ਨਾਲ ਕਰ ਸਕਦਾ। ਇਸ ਕਰਕੇ ਮੈਂ ਸੀਨੀਅਰ ਵਾਈਸ ਪ੍ਰੈਜੀਡੈਂਟ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇ ਤੋਂ ਅਤੇ ਕੋਰ ਕਮੇਟੀ ਦੇ ਅਹੁਦੇ ਤੋਂ ਮੈਂ ਅਸਤੀਫਾ ਦਿੰਦਾ ਪਾਰਟੀ ਨੂੰ। ਮੈਂ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਸੱਚਾ ਸਿਪਾਹੀ ਹਾਂ। ਅਥਾਹ ਮੇਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਿਆਰ ਆ, ਅਕਾਲੀ ਦਲ ਮੇਰੇ ਵਾਸਤੇ ਮੇਰੀ ਮਾਂ ਪਾਰਟੀ ਆ। ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਮੈਂ ਤਕਰੀਬਨ 10-12 ਸਾਲ ਜੇਲ੍ਹ ਵੀ ਕੱਟੀ ਆ ਅਤੇ ਮੈਂ ਅਕਾਲੀ ਦਲ ਦੇ ਵਿੱਚ ਬਤੌਰ ਛੋਟਾ ਜਿਹਾ ਸਿਪਾਹੀ ਜਿੰਨਾ ਚਿਰ ਮੈਂ ਜੀਂਦਾ ਮੈਂ ਕੰਮ ਕਰਦਾ ਰਹੂੰਗਾ। ਇਸ ਮੌਕੇ ਸਰਦਾਰ ਬ੍ਰਹਮਪੁਰਾ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਹੁਣ ਉਹ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਨਹੀਂ ਲੜਨਗੇ। ਲੱਗੇ ਹੱਥੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਇੱਕ ਵਾਰ ਫਿਰ ਪਾਰਟੀ ਦੀਆਂ ਅੰਦਰੂਨੀਆਂ ਤਰੁੱਟੀਆਂ ਅਤੇ ਪੁਰਾਣੇ ਸਮੇਂ ਵਿੱਚ ਹੋਈਆਂ ਗਲਤੀਆਂ ਉੱਤੇ ਅਫਸੋਸ ਪ੍ਰਗਟ ਕੀਤਾ। ਇੱਕ ਤੇ ਜਿਹੜਾ ਉਹ ਸਾਧ ਆ ਉਹਨੂੰ ਜਿਹੜਾ ਮਾਫ ਕੀਤਾ, ਬਹੁਤ ਮਾੜੀ ਗੱਲ ਹੋਈ, ਨਹੀਂ ਕਰਨਾ ਚਾਹੀਦਾ। ਫਿਰ ਆਪਣੇ ਆਪ ਹੀ ਉਹਨੂੰ ਜਿਹੜਾ ਵਾ ਕਹਿਤਾ, ਨਹੀਂ ਜੀ ਅਸੀਂ ਨਹੀਂ ਮਾਫ ਕੀਤਾ। ਕਿੱਡਾ ਵੱਡਾ ਲੋਕਾਂ 'ਤੇ ਜੈਂਟਮੈਂਟ ਸੀ, ਕਿਸ ਤਰ੍ਹਾਂ ਦੇ ਹਾਲਾਤ ਹੋਏ। ਉਸ ਤੋਂ ਬਾਅਦ ਬਰਗਾੜੀ ਕਾਂਡ ਦੇ ਵਿੱਚ ਵੀ ਲੋਕ ਮਤਲਬ ਕਿੰਨਾ ਲੰਮਾ ਸਮਾਂ ਹੋ ਗਿਆ, ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਅਸੀਂ ਚਾਹੁੰਦੇ ਹਾਂ ਛੇਤੀ ਤੋਂ ਛੇਤੀ ਉਹਨਾਂ ਨੂੰ ਇਨਸਾਫ਼ ਮਿਲੇ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਮਿਲੇ। ਹੋਰ ਤਾਂ ਕੋਈ ਗੱਲ ਹੀ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੋ ਵੱਡੇ ਧਮਾਕਿਆਂ ਤੋਂ ਬਾਅਦ ਹੁਣ ਹੋਰ ਵੀ ਕਈ ਬਲਾਸਟ ਹੋਣ ਵਾਲੇ ਨੇ। ਇਸ ਗੱਲ ਦੀ ਚਰਚਾ ਵੀ ਹੁਣ ਸਿਆਸੀ ਗਲਿਆਰਿਆਂ ਵਿੱਚ ਜ਼ੋਰ ਸ਼ੋਰ ਨਾਲ ਹੋ ਰਹੀ ਹੈ ਕਿ ਹੁਣ ਬਾਦਲਾਂ ਨੂੰ ਅਗਲਾ ਝਟਕਾ ਡਾਕਟਰ ਰਤਨ ਸਿੰਘ ਅਜਨਾਲਾ ਦੇ ਅਸਤੀਫੇ ਦਾ ਹੋਵੇਗਾ। ਪਰ ਇਹਨਾਂ ਡਿੱਗਦਿਆਂ ਮੀਨਾਰਾਂ ਨੂੰ ਬਚਾਉਣ ਲਈ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਪੈਂਤੜਾ ਕੰਮ ਆਵੇਗਾ ਜਾਂ ਨਹੀਂ, ਇਹ ਵੀ ਵੇਲਾ ਹੀ ਦੱਸੇਗਾ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, FYI ਮੀਡੀਆ ਲਈ।